एक कंप्लेंटेंट सी पंकज कुमार, इन्हों का माइनिंग का काम कार है, इन्हों का इतने ऑफिस बनया प्रिंस कलोनी नवांशहर, इन्हों के उत्थे इंपलाइज पे सी सत्त कोठी दे विच, ते इन्हों के कत्ती ते एक दी जिहड़ी दरम्यानी रात नूं मतलब जिहड़े चार इंपलाइज उत्ते पे सीगे बाहरों मतलब डोर ला के उन्हां दे रस्सियां बंधियां बाहरों, दो इन्हां दे कुक पिछे रूम च पे सी, ते इन्हां दा जिहड़ा कैशियर सीगा वह लॉबी च पिया सी बाहर, ते वह मतलब सवेरे जिहड़े इन्हां दा कैशियर सी लक्ष्मी उन्हें अपने मालक नूं दस्या भी किसी ने अंदरों लोहे की जिहड़ी अलमारी है तोड़ के भी उहदे च जिहड़ा कैश पिया सी 27.5 लाख रुपया कोई चोरी करके लै गया, जिस संबंधी इन्होंने सिटी थाना नवांशहर केस रजिस्टर्ड कराया, उस तो बाद जिहड़ी तफ्तीश हैगी है SSP साहब वालों 9 तरीक नूं जिहड़ी है इत्थे CIA नवांशहर मार्क करती सी, तां उन्होंने एक टीम गठित की SPD साहब वजीर सिंह खैर उन्होंने योग अगवाई हेठ असी इहनूं जिहड़ा पूरा कार्रवाई जिहड़ी अमल च लियांदी, इहनूं बड़ा ढंगाई नाल जिहड़ी तफ्तीश कीती, इहदे च सानूं लीड मिली है भी इहदे च जिहड़ा इह चोरी वाला हैगा मसला, क्योंकि साढ़े लई तां सारे सस्पेक्टेड सीगे, मतलब पहलां तां 7 जणे सीगे जिहड़े, फिर इन्हां दी कॉल डिटेलां सारियां खंगालियां, उहदे च इक नंबर इहो जिहा मिलिया जिहड़ा अगे इन्हां दे जिहड़े कुक सी इन्हां दे टच च नहीं सी, इन्हां चों इक बंदा सी जिहड़ा 31 तरीक नूं इत्थे आया ते 1 तरीक नूं वापस UP चले गया, ते इन बिटवीन नाल ही कंप्लेंटेंट ने साडे कोले दस्सिया भी सानू भी शक है भी इहनूं इक फलाणा बंदा उस दिन आ के मिलिया, ते जिहड़े कुक है रूपोश हो गए उस तों बाद दोनों, ते जदों असी उहदा एड्रैस वगैरह कढ़ाया जिहड़ा उह लाखन सीगा, इह जिहड़ा UP जिला बरेली नाल संबंधित सी, फिर असी उत्थे रेड कंडक्ट कीती, मैं समेत पुलिस पार्टी अपने ਜ਼ਿਲ੍ਹਾ ਬਰੇਲੀ ਗਏ, ਉੱਥੋਂ ਲੋਕਲ ਪੁਲਿਸ ਨੂੰ ਨਾਲ ਲੈ ਕੇ ਅਸੀਂ ਉਹਦੇ ਲਾਖਨ ਦੇ ਘਰ ਰੇਡ ਕੀਤਾ, ਉੱਥੇ ਸਾਨੂੰ ਇਹ ਮਿਲ ਗਿਆ ਲਾਖਨ, ਫਿਰ ਇਹਨੂੰ ਜਿਹੜੀ ਉੱਥੇ ਪੁੱਛ ਗਿੱਛ ਕੀਤੀ, ਜਿਹਨੇ ਫਿਰ ਸਾਰਾ ਕੁਝ ਦੱਸਿਆ ਵੀ ਮੇਰੇ ਨਾਲ ਕੌਣ ਕੌਣ ਸੀ ਇਸ ਚੋਰੀ ਦੇ ਵਿੱਚ, ਅਤੇ ਇਹਦੇ ਘਰੋਂ 10 ਲੱਖ ਰੁਪਈਆ ਕੱਲ੍ਹ ਬਰਾਮਦ ਹੋ ਗਿਆ ਸੀਗਾ, ਇਹਨੂੰ ਲੈ ਕੇ ਅਸੀਂ ਵਾਪਸ ਆਏ, ਅਤੇ ਅੱਜ ਸਵੇਰ ਟਾਈਮ ਸਾਨੂੰ ਇਹਨਾਂ ਦੋਨਾਂ ਬਾਰੇ ਪਤਾ ਲੱਗਿਆ, ਜਿਹੜੇ ਸਿਲੰਡਰ ਦੇ ਦੂਜਾ ਜਿਹੜਾ ਨੌਕਰ ਸੀ ਕਮਲ, ਇਹ ਜਿਹੜੇ ਹੈਗੇ ਸੀਗੇ ਸ਼ੁਕਰਾ ਨਹਿਰ 'ਤੇ ਸੀ, ਅੱਜ ਫਿਰ ਅਸੀਂ ਰੇਡ ਕਰਕੇ ਇਹਨਾਂ ਨੂੰ ਵੀ ਫੜ ਲਿਆ ਸੀ, ਇਹਨਾਂ ਕੋਲ ਵੀ ਜਿਹੜੀ ਅਮਾਊਂਟ ਜਿਹੜੀ ਸੀਗੀ ਉਹ ਵੀ ਬਰਾਮਦ ਹੋ ਗਈ ਸੀ, ਕਮਲ ਕੋਲੋਂ 8 ਲੱਖ ਰੁਪਿਆ ਅਤੇ ਸਿਲੰਡਰ ਕੋਲੋਂ 7,45,400 ਰੁਪਿਆ, ਜਿਹੜਾ ਇਹਨੇ ਉੱਥੇ ਫਰੈਂਡਸ ਕਲੋਨੀ 'ਚ ਕੋਲ ਖਾਲੀ ਪਲਾਟ ਆ ਉੱਥੇ ਮੱਕੀ ਬੀਜੀ ਹੋਈ ਆ ਉਹਦੇ 'ਚ ਮਿੱਟੀ 'ਚ ਇਹਨਾਂ ਨੇ ਦੱਬ ਕੇ ਰੱਖੇ ਹੋਏ ਸੀ ਪੈਸੇ, ਇੱਕ ਸ਼ਾਫ 'ਚ ਦੱਸਿਆ ਵੀ ਇੱਕ ਮੇਰੇ ਕੋਲ 12 ਬੋਰ ਦਾ ਦੇਸੀ ਕੱਟਾ ਵੀ ਸੀਗਾ, ਇਹ ਇਹਨੇ ਜਿਹੜਾ ਸੀ ਨਾਲ 5 ਰੌਂਦ ਉੱਥੇ ਅਲੱਗ ਉੱਥੇ ਮਿੱਟੀ 'ਚ ਉਸੇ ਮੱਕੀ ਦੇ ਵਿੱਚ ਦੱਬ ਕੇ ਰੱਖੇ ਹੋਏ ਸੀ, ਇਹਦੇ ਬਾਰੇ ਸਿਰਫ ਲਾਖਾਂ ਨੂੰ ਪਤਾ ਸੀ, ਉਹ ਵੀ ਬਰਾਮਦ ਕੀਤਾ ਸੀ, ਉਹਦੇ ਸੰਬੰਧੀ ਅਸੀਂ ਇੱਕ ਅਲੱਗ FIR ਜਿਹੜੀ ਹੈਗੀ ਆ ਆਪਣੇ ਉਹਦਾ ਵੀ ਇਨਵੈਸਟੀਗੇਟ ਨਾਲ ਕਰ ਰਹੇ ਹਾਂ, ਅੱਜ ਜੇ ਹੁਣ ਤੱਕ ਜਿਹੜੀ ਇਹਨਾਂ ਦੀ ਟੋਟਲ ਅਮਾਊਂਟ ਹੈਗੀ ਆ ਉਹ ਜਿਹੜੀ ਰਿਕਵਰੀ ਹੈ 25,45,400 ਰੁਪਈਆ ਹੋਈ ਆ, ਅਤੇ ਇੱਕ 12 ਬੋਰ ਦਾ ਜਿਹੜਾ ਹੈਗਾ ਦੇਸੀ ਕੱਟਾ ਅਤੇ ਨਾਲ ਇਹਦੇ ਰੌਂਦ ਹੈਗੇ ਆ, ਅਤੇ ਅੱਜ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ ਹੋਰ ਪੁਲਿਸ ਰਿਮਾਂਡ ਲੈ ਰਹੇ ਹਾਂ, ਇਹਨਾਂ ਨੇ ਇੱਕ ਹੋਰ ਹੈ ਇਹਨਾਂ ਨੇ ਜਦੋਂ ਇਹ ਚੋਰੀ ਕੀਤੀ ਹੈ ਚੋਰੀ ਕਰਨ ਤੋਂ ਬਾਅਦ ਇਹ ਪਿੱਛੇ ਰੂਮ 'ਚ ਗਏ 3 ਜਣੇ, ਇਹਨਾਂ ਨੇ ਪ੍ਰੋਪਰ ਕੈਸ਼ ਗਿਣ ਕੇ ਇਹਨਾਂ ਨੇ ਫਿਰ ਆਪਸ 'ਚ ਕੈਸ਼ ਵੰਡਿਆ, ਅਤੇ ਉਹ 1 ਤਰੀਕ ਨੂੰ ਅਰਲੀ ਮੋਰਨਿੰਗ ਮਤਲਬ 2:30-3 ਵਜੇ ਇੱਥੋਂ ਨਿਕਲ ਗਿਆ ਸੀ, ਓਕੇ ਉਹ ਚਲੇ ਗਿਆ, ਇਹ ਦੋ ਰਹਿ ਗਏ, ਦੋ ਇੱਥੇ ਰਹਿ ਗਏ, ਇਹ ਵੀ ਇਹ ਇੱਥੋਂ ਤਾਂ ਨਹੀਂ ਗਏ ਵੀ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦਾ ਸ਼ੱਕ ਨਾ ਹੋਵੇ, ਇਹ ਮਤਲਬ ਜੋ ਕੰਪਲੇਂਟਡ ਸੀ ਇਹ ਦੱਸਦੇ ਵੀ ਸਾਡਾ ਜਿਹੜਾ ਰਿਐਲਟੀ ਦਾ ਮਾਈਨਿੰਗ ਦਾ ਕੰਮ ਹੈਗਾ, ਜਿਹੜੀਆਂ ਕੋਈ ਉੱਥੇ ਇਹਨਾਂ ਦੀ ਬੱਲੀ ਵਾਲ ਕੋਈ ਮਿੱਟੀ ਦੀ ਜਿਹੜੀ ਖੱਡ ਖੁੱਡ ਲਈ ਹੋਈ ਹੈਗੀ ਆ ਰੇਤੇ ਦੀ ਜੋ ਵੀ ਆ ਉਹਦਾ ਕੈਸ਼ ਦੱਸਦੇ, ਕੋਠੀ ਫਰੈਂਡਸ ਕਲੋਨੀ 'ਚ ਉੱਥੇ ਔਫਿਸ ਦੇ ਵਿੱਚ ਅਲਮਾਰੀ ਸੀਗੀ ਗੋਦਰੇਜ ਦੀ ਕਿਹੜੀ ਉਹਦੇ 'ਚ ਪਾ ਕੇ ਰੱਖਿਆ ਸੀ।
ਜਿਹੜੀ ਅਸੀਂ ਇਨਵੈਸਟੀਗੇਟ ਕੀਤਾ ਉਦੋਂ ਤੱਕ ਇਹਨਾਂ ਕੋਲ ਕੋਈ ਕੈਸ਼ ਨਹੀਂ, ਮਤਲਬ ਕੋਈ ਅਸਲਾ ਵਗੈਰਾ ਨਹੀਂ ਸੀ। ਇਹ ਚਾਰ ਜਣੇ ਪਏ ਸੀਗੇ। ਇਹ ਜਿਹੜੇ ਬਾਹਰੋਂ ਡੋਰ ਵੀ ਇਹਨਾਂ ਦੇ ਬੰਦ ਕੀਤੇ, ਇੱਥੇ ਕੱਪੜੇ ਸੁਕਾਉਣ ਵਾਲੀ ਰੱਸੀ ਸੀਗੀ ਉਹੀ ਬਾਹਰੋਂ ਕੱਟ ਕੇ ਉਹੀ ਯੂਜ਼ ਕੀਤੀ ਆ, ਉਹਦੇ ਨਾਲ ਰੱਸੀ ਨਾਲ ਬਾਹਰੋਂ ਬੰਨਤੇ ਆ। ਜਿਹੜਾ ਬੰਦਾ ਆਇਆ ਸੀ ਕੱਲਾ ਉਹਦਾ ਕੀ ਨਾਮ ਸੀਗਾ? ਜਿਹੜਾ ਇੱਕ ਆਇਆ ਸੀ ਕਹਿੰਦੇ ਉਦਣ ਇਕੱਤੀ ਰਾਤ ਨੂੰ ਆਇਆ ਸਵੇਰੇ, ਲੱਖ ਨੇ ਸੀ।